ਵਿਗੜ ਗਈ ਹੈ ਥੋੜੇ ਦਿਨਾਂ ਤੋਂ ਜੀ ਬਸ ਫੇਰ ਗੱਲ ਕੀ ਹੈ ਕਿ ਕੁਛ ਦਿਨ ਪਹਿਲਾਂ ਤੋਂ ਹੀ ਵਿਗੜ ਗਈ ਸੀਗੀ ਵਿਗੜ ਤੇ ਉਦੋਂ ਹੀ ਗਈ ਸੀਗੀ ਜਿੱਦਣੇ ਉੱਥੋਂ ਦਿੱਲੀੋਂ ਚਾਲੇ ਪਾ ਕੇ ਤੇ ਇੱਧਰ ਪੰਜਾਬ ਨੂੰ ਆਉਂਦੇ ਨੇ ਹੁਣ ਦਿੱਥੋਂ ਥੋੜਾ ਪਰਦਾ ਹੀ ਉਠਣਾ ਸੀਗਾ ਉਹ ਹੌਲੀ ਹੌਲੀ ਧੁਖਦਾ ਧੁਖਦਾ ਕੰਮ ਜਿਹੜਾ ਉਹ ਹੋ ਗਏ ਸ਼ੁਰੂ ਹਾਂਜੀ ਤੁਸੀਂ ਦੇਖੋ ਨਾ ਕਿ ਬੀਤੇ ਦਿਨੀ ਜਦੋਂ ਜੰਤਰ ਮੰਤਰ ਤੇ ਧਰਨਾ ਹੋਇਆ ਜੀ ਅਨੁਸ਼ਾਧ ਯਾਦ ਹੋਏਗਾ yogendra yadav ਉਥੇ ਨਹੀਂ ਸੀਗਾ yogendra yadav ਉਦਨ ਇੱਕ ਕਲੱਬ ਦੇ ਵਿੱਚ rahul gandhi ਦੇ ਪ੍ਰੋਗਰਾਮ ਸੀ ਉਥੇ ਤਕੈਤ ਵੀ ਆ ਨਹੀਂ ਸੀ ਤਕੈਤ ਉਸ ਦਿਨ ਥੋੜਾ ਜਿਹਾ ਜੰਤਰ ਮੰਤਰ ਤੋਂ ਦੂਰ ਇੱਕ ਕਿਤਾਬ ਦੀ ਰਿਲੀਜ਼ਿੰਗ ਦੇ ਮੌਕੇ ਤੇ ਉੱਥੇ ਆ ਜਾ ਰਹੀ ਸੀ ਇਤਫਾਕ ਵੇਖੋ ਕਿ ਰਾਜੇਵਾਲ ਵੀ ਉਦੋਂ ਦਿੱਲੀ ਦੇ ਵਿੱਚ ਹੀ ਸੀ ਜਿੰਨਾ ਬੰਦਿਆਂ ਨੇ ਕਿਸੇ ਸਮੇਂ ਇਸ ਸੰਘਰਸ਼ ਦਾ ਬੰਧ ਨੂੰ ਮੰਨਿਆ ਬੜੇ ਇੱਕ ਤਰ੍ਹਾਂ ਨਾਲ ਨਾਇਕ ਦੇ ਮਰਤਵੇ ਤੱਕ ਜਾ ਪਹੁੰਚੇ ਉਹ ਜੰਤਰ ਮੰਤਰ ਤੇ ਨਹੀਂ ਐ ਪਰ ਦਿੱਲੀ ਦੇ ਵਿੱਚ ਨੇ ਜੀ ਉਦੋਂ ਹੀ ਪਤਾ ਲੱਗਿਆ ਸੀ ਕਿ ਜਿਹੜੀ ਏਕੇ ਦੀ ਇਹ ਇਹ ਮੁਹਾਰਨੀ ਪੜਦੇ ਰਹਿੰਦੇ ਆ ਕਿਸਾਨ ਮਜ਼ਦੂਰ ਇਕਤਾ ਉਹ ਹੀਟਾਂ ਤੇ ਭਾਵੇਂ ਇਕ ਤੱਕ ਤੇ ਲੱਭ ਜਾਵੇ ਉੱਤੇ ਇੰਨਾ ਚ ਕੋਈ ਇਕਤਾ ਨਹੀਂ ਜਪਰੀ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਇਹ ਆਏ ਇਹ ਤਾਂ ਵੋਟਾਂ ਕਰਕੇ ਇੰਨਾ ਤਾਂ ਸਾਰਾ ਉਦੋਂ ਕੱਜਿਆ ਗਿਆ ਇਹ ਤਾਂ ਲੜ ਪਏ ਸੀਗੇ ਤੁਹਾਨੂੰ ਪਤਾ ਹੀ ਹੈ ਪੈਸਿਆਂ ਤੋਂ ਜੀ ਜਦੋਂ ਇਹਨਾਂ ਨੇ ਕਿਹਾ ਸੀ 7 ਜਨਵਰੀ ਨੂੰ ਹਿਸਾਬ ਹੋਏਗਾ ਉਹ ਵਿਚ ਹੀ ਰਿਹਾ ਹਿਸਾਬ ਸੂਤ ਕਿਉਂਕਿ ਵੋਟਾਂ ਆ ਗਈਆਂ ਸੀਗਾ ਨਾ ਰਾਜੇਵਾਲ ਸਾਹਿਬ ਤੇ ਤੁਹਾਨੂੰ ਪਤਾ ਸਰਕਾਰ ਬਣਾਉਣ ਚੱਲ ਪਏ ਸੀਗੇ ਪੈਸਿਆਂ ਦਾ ਹਿਸਾਬ ਕਿੰਨੇ ਦੇਣਾ ਸੀਗਾ ਉਦੋਂ ਤੇ ਏੰਮ ਲੱਗਦਾ ਸੀਗਾ ਕਿ ਸ਼ਾਇਦ ਵਿਧਾਨ ਮੰਡਲ ਵੀ ਆਪਣਾ ਹੀ ਤਿਆਰ ਕਰ ਰਹੇ ਨੇ ਤੇ ਇਸ ਟਾਈਮ ਇਹ ਜਾ ਕੇ ਤੇ ਮਤਲਬ ਕਿ ਪੂਰਾ ਕੈਬਨਟ ਜਿਹੜਾ ਇਥੋਂ ਕੱਢ ਦੇਣਗੇ ਟਰੈਕਟਰਾਂ ਚ ਲੈ ਜਾਣਗੇ ਕੱਢ ਕੇ ਟਰੈਕਟਰਾਂ 'ਾਂ 'ਲੀ ਚਲੇ ਜਾਣਗੇ 32 ਟਰੈਕਟਰ ਤੇ ਲਾਉਣਗੇ ਹਾਂ ਬਸ ਫਿਰ ਉਹੀ ਰਹਿ ਗਿਆ ਕੰਮ ਹੁਣ 32 ਜਿਹੜੀਆਂ ਉਹ ਗੋਲ ਹੋ ਗਈਆਂ ਤਾਂ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਫਿਰ ਕੁਝ ਮੀਟਿੰਗਾਂ ਦੇ ਮੌਕੇ ਆਏ ਇੱਕ ਵਾਰੀ ਤੇ ਛੇਤਰੋ ਛੇਤਰੀ ਹੋਣ ਲੱਗੇ ਸੀਗੇ ਦਿੱਲੀ ਦੇ ਬਾਹਰਲੇ ਇਲਾਕੇ ਚ ਇਹਨਾਂ ਨੇ ਮੀਟਿੰਗ ਕੀਤੀ। ਉਹਦੇ ਵਿੱਚ ਇਹ ਵੀ ਚਲੇਗਾ ਜਿਨ੍ਹਾਂ ਨੇ ਇਲੈਕਸ਼ਨ ਲੜੇ, ਜਿਹੜੇ ਇਹਨਾਂ ਦੇ ਉਲਟ ਸੀ ਉਹ ਵੀ ਸੀ ਤੇ ਜਿਹੜੇ ਵਿੱਚ ਸੀਗੇ ਵਿੱਚ ਬਚਾ ਲਏ ਕਿ ਜਿਹੜੇ ਚਾਹੁੰਦੇ ਸੀ ਇਕਤਾ ਦੇ ਹਾਮੀਦਾਰ ਜਿੱਦਾਂ ਹੁੰਦੇ ਆ ਉਹ ਵੀ ਚਲੇਗਾ। ਉਹਨਾਂ ਨੇ ਵਿੱਚ ਵਿੱਚ ਪੈਣਾ ਸਟਾਰਟ ਕੀਤਾ। ਉੱਥੇ ਪੂਰਾ ਹੱਲਾ ਗੁੱਲਾ ਹੋਇਆ ਉਹ ਤਾਂ ਗੱਲ ਚਲੋ ਪੰਜਾਬੀ ਮੀਡੀਆ ਚ ਨਹੀਂ ਆਈ। ਟਿਕਟਕਾ ਹੋ ਗਿਆ ਚਲੋ। ਟਿਕਟਕਾ ਹੋ ਗਿਆ। ਕਿਉਂਕਿ ਦਿੱਲੀ ਚ ਹੋਇਆ ਨਾ ਸਾਰਾ ਕੁਝ। ਫਿਰ ਇਸ ਤੋਂ ਬਾਅਦ ਡੱਲੇਵਾਲ ਨੇ ਸਾਰਾ ਪਰਦਾ ਹੀ ਚੁੱਕ ਦਿੱਤਾ ਰਾਜੀਵਾਲ ਤੇ ਦੋਸ਼ ਲਾਇਆ ਰਾਜੀਵਾਲ ਨੇ ਅਖੇ ਇਹ ਤੇ ਆਰਐਸਐਸ ਦਾ ਏਜੰਟ ਆ ਨਾ ਤਾਂ ਨਹੀਂ ਲਿਆ ਹੋਣਾ ਕਹਿ ਤਾਂ ਦਿੱਤਾ ਸੀ ਗੱਲ ਕਿ ਕੁਝ ਲੋਕ ਆਰਐਸਐਸ ਦੇ ਏਜੰਟ ਨਹੀਂ ਝੇ ਹੁਣ ਹੁਣ ਇਹਨਾਂ ਨੇ ਡੱਲੇਵਾਲ ਵੀ ਸਾਈਡ ਤੇ ਕਰ ਦਿੱਤਾ ਉਸ ਤੋਂ ਬਾਅਦ ਐਂ ਲੱਗਦਾ ਸੀਗਾ ਕਿ ਡੱਲੇਵਾਲ ਐ ਸਕੀਮ ਦੇ ਬਹੁਤ ਵੱਡਿਆ ਚਿਹਰਾ ਹੈ ਹੁਣ ਕੱਲ ਜਦੋਂ ਤੁਸੀਂ ਉਹ ਦੇਖੋਗੇ ਐ ਸਕੀਮ ਦੀ ਉਹ ਚੱਲ ਰਹੀ ਸੀਗੀ ਪੀਸੀ ਉਹਦੇ ਵਿੱਚ ਰੁਲਦੂ ਸਿੰਘ ਵਗੈਰਾ ਜਿਹੜੇ ਬੋਲਦੇ ਪੈਸ ਹਨ ਉਹ ਕਿਤੇ ਨਾ ਕਿਤੇ ਨਾਂ ਲੈ ਤੋਂ ਬਗੈਰ ਇਹਨਾਂ ਵੱਲ ਇਸ਼ਾਰਾ ਕਰ ਰਹੇ ਸੀ ਕੱਕਾ ਵੀ ਬੜਕਾਤਾ ਇਹਨਾਂ ਨੇ ਜੀ ਤੇ ਅੱਛਾ ਜਦੋਂ ਕੱਕੇ ਬਾਰੇ ਇਹ ਕਿਹਾ ਜਾਂਦਾ ਸੀਗਾ ਕਿ ਤੇ ਆਰਐਸਐਸ ਦੀ ਪਿੱਠ ਭੂਮੀ ਵਾਲਾ ਬੰਦਾ ਹੈ ਜੀ ਇਹਦਾ ਪਿਸ਼ੋਕੜ ਆਰਐਸਐਸ ਦੇ ਨਾਲ ਜੁੜਦਾ ਹੈ ਇਹ ਉਹਨਾਂ ਦੇ ਕਿਸਾਨ ਸੰਘ ਦਾ ਬੰਦਾ ਰਿਹਾ ਇਥੋਂ ਤੱਕ ਕਿਹਾ ਗਿਆ ਕਿ ਉਸ ਟਾਈਮ ਜਦੋਂ ਮੁੱਖ ਮੰਤਰੀ ਦਿਗਵਿਜੇ ਸੀ ਉਦੋਂ ਤੋਂ ਲੈ ਕੇ ਬਾਅਦ ਦੇ ਵਿੱਚ ਵੀ ਇਹਦੀ ਉੱਠਣੀ ਬੈਠੀ ਕਾਂਗ ਬੈਠਣੀ ਕਾਂਗਰਸੀ ਦੇ ਨਾਲ ਸੀਗੀ ਉਦੋਂ ਤਾਂ ਇਹਨਾਂ ਨੇ ਗੋਲਿਆ ਨਹੀਂ 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 ਜੀ ਕੱਕਾ ਜੀ ਬਹੁਤ ਹਮਾਰੇ ਅچھے ਨੇਤਾ ਹੈ ਹੁਣ ਕੱਕਾ ਵੀ ਚਲਤਾ ਕਰ ਦਿੱਤਾ ਰੁਲਦੂ ਸਿੰਘ ਨੇ ਆਖਿਆ ਕਿ ਮਤਲਬ ਕਿ ਬਹੁਤਾ ਕਸੂਰ ਕੱਕੇ ਦਾ ਹੀ ਆ ਨਾ ਤਾਂ ਨਹੀਂ ਲਿਆ ਸੰਕੇਤ ਉਧਰ ਹੁਣ ਦੇ ਦਿੱਤੇ ਤਾਂ ਹੁਣ ਕੁਝ ਵੀ ਨਹੀਂ ਰਹਿ ਗਿਆ ਕੱਖ ਵੀ ਨਹੀਂ ਰਹਿ ਗਿਆ ਐਸ ਕੇ ਐਮ ਜਿਹੜਾ ਉਹ ਨਾਂ ਦਾ ਹੀ ਹੁਣ ਸੰਯੁਕਤ ਆ ਸੰਯੁਕਤ ਦਾ ਮਤਲਬ ਕੀ ਹੁੰਦਾ ਕਿ ਹਾਂ ਬਈ ਸਾਰੇ ਇਕੱਠੇ ਆਪਾਂ ਇੱਕ ਮੋਰਚਾ ਹੈ ਸਾਰਾ ਸਾਰਾ ਜਿੰਨਾ ਵੀ ਸਾਡਾ ਕੋਈ ਮਤਲਬ ਕਿ ਅਡੋ ਪਾਰਟੀ ਵਾਲਾ ਜੋ ਵੀ ਸਾਡਾ ਹੁਣ ਤੱਕ ਵਖਰੇਵੇਂ ਉਹ ਇੱਥੇ ਆ ਕੇ ਇਕੱਠਾ ਹੋ ਗਿਆ ਸਾਂਝਾ ਹੋ ਗਿਆ ਇਹ ਮੋਰਚਾ ਸਾਂਝਾ ਬਣ ਗਿਆ ਸਾਂਝਾ ਹੁਣ ਤੁਸੀਂ ਦੱਸ ਦਿਓ ਕਿ ਕਿੰਨਿਆਂ ਕਿਤਾ ਰਹਿ ਗਿਆ ਇਹਦੇ ਵਿੱਚੋਂ ਮੁੱਖ ਚਿਹਰੇ ਜਿਹੜੇ ਪਾਸਿਓਂ ਕਿ ਯੋਗਿੰਦਰ ਯਾਦਵ ਨੇ ਆਖਿਆ ਆਪਣਾ ਅਸਤੀਫਾ ਕੁਬੜਾ ਸਾਹੀ ਆਦਮੀ ਆ ਉਹ ਰਾਹੁਲ ਗਾਂਧੀ ਨਾਲ ਹੀ ਜਾਏਗਾ ਮੇਰੇ ਖਿਆਲ ਦੇ ਨਾਲ ਕੱਲ ਬਿਆਨ ਦੇ ਦਿੱਤਾ ਉਹਨੇ ਕਿ ਇਸ ਟਾਈਮ ਭਾਰਤੀ ਜਨਤਾ ਪਾਰਟੀ ਨਾਲ ਲੜਨ ਵਾਸਤੇ ਵਿਰੋਧੀ ਧਿਰ ਲਈ ਕੰਮ ਕਰਨਾ ਬਹੁਤ ਜ਼ਰੂਰੀ ਹੈ ਮੈਂ ਲੋਤਾ ਜਾਊਗਾ ਉਹ ਅੱਗੇ ਵੀ ਰਾਹੁਲ ਗਾਂਧੀ ਦੇ ਨਾਲ ਰਹਿ ਚੁੱਕਾ ਆਮ ਆਦਮੀ ਪਾਰਟੀ 'ਚ ਆਉਣ ਤੋਂ ਪਹਿਲਾਂ ਉਹ ਰਾਹੁਲ ਗਾਂਧੀ ਦੀ ਟੀਮ 'ਚ ਰਹਿ ਚੁੱਕਾ ਜੀ ਜੀ ਫਿਰ ਚਲਾ ਜਾਏਗਾ ਉਹ ਸੋ ਕਹਿਣ ਦਾ ਮਤਲਬ ਕਿ ਤੁਹਾਡੇ ਨਾਲ ਜਿਹੜੇ ਬੰਦੇ ਸੀਗੇ ਫਿਰ ਹੁਣ ਤਾਂ ਆਪ ਹੀ ਤੁਸੀਂ ਕਹਿ ਰਹੇ ਹੋ ਨਾ ਕਿ ਜਿਹੜੀ ਗੱਲ ਲੋਕ ਕਹਿੰਦੇ ਸਨ ਉਸੇ ਟਾਈਪ ਦੀ ਇਹ ਹੁਣ ਤੁਸੀਂ ਕੰਮ ਖਾ ਰਹੇ ਜੀ ਕੋਈ ਫੇਰ ਵਾਪਸ ਕਾਂਗਰਸ ਦੀ ਟੀਮ ਨੂੰ ਜਾ ਰਿਹਾ ਕਿਸੇ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਅੱਗ ਲਾ ਰਿਹਾ ਜੀ ਫੁੱਟ ਪਾ ਰਿਹਾ ਜੀ ਇਹ ਕਿਸੇ ਦੇ ਕਹਿਣ ਤੇ ਚੱਲ ਰਿਹਾ ਹੈ ਫਲਾਣ ਤੇ ਇਹ ਪੈਸੇ ਖਾ ਗਿਆ ਜੀ ਪੈਸੇ ਨਹੀਂ ਦਿੰਦਾ ਜੀ ਇਹ ਬੋਹ ਹੈ ਜੋ ਮਤਲਬ ਕਿ ਜੋ ਗੱਲਾਂ ਤੁਹਾਡੇ ਬਾਰੇ ਲੋਕ ਕਰਦੇ ਸਨ ਉਹੀ ਗੱਲਾਂ ਹੁਣ ਤੁਸੀਂ ਕਰਕੇ ਸੱਚੀਆਂ ਦਿਖਾਤੀਆਂ ਇਹ ਤੇ ਲੋਕ ਹੀ ਸਨ ਜਿਹੜੇ ਫਿਰ ਇਹਦਾ ਮਤਲਬ ਕਿ ਤੁਹਾਨੂੰ ਉੱਥੋਂ ਤੱਕ ਲੈ ਗਏ ਤੇ ਉੱਥੇ ਤੁਹਾਨੂੰ ਖਿਸਕਰ ਨਹੀਂ ਦਿੱਤਾ ਇਹ ਲੋਕ ਹੀ ਸਨ ਪਿੱਛੇ ਖਲੋਤੇ ਟੈਂਪਰੇਟ ਕਰਕੇ ਰੱਖੇ ਨਹੀਂ ਤੇ ਤੁਸੀਂ ਉੱਥੇ ਵੀ ਹੋ ਸਕਦਾ ਸੀ ਆਹੀ ਚੰਦ ਛਾੜ ਦਿੰਦੇ ਫਿਰ ਇਹੀ ਹੈ ਨਾ ਆਗੂ ਮਤਲਬ ਕਿ ਲੋਕਾਂ ਦੇ ਵਿੱਚ ਤੇ ਕੋਈ ਉਹ ਆਪਾਂ ਨੁਕਸ ਘੱਟ ਸਕਦੇ ਕਿ ਲੋਕ ਹੀ ਸੀਗੇ ਭਾਈ ਜਿਹੜੇ ਤੁਹਾਨੂੰ ਉੱਥੇ ਫਿਰ ਬਿਠਾਈ ਬੈਠੇ ਸੀਗੇ ਆਦਰਵਾਇਜ਼ ਤਾਂ ਤੁਸੀਂ ਆ ਉੱਥੋਂ ਆਏ ਹੋ ਤਾਂ ਕੁਝ ਕੁ ਮਹੀਨਿਆਂ ਦੇ ਵਿੱਚ ਆ ਵੇਖ ਲਓ ਕਿ ਕੀ ਕੀ ਫਿਰ ਚੰਨ ਚੜੇ ਪਏ ਨੇ ਬਿਲਕੁਲ ਬਿਲਕੁਲ ਜੀ ਗੁਰਮੀਤ ਚਾਲ ਕਰ ਰਿਹਾ ਕਿ ਸੀਐਮ ਬਣਦੇ ਚੱਕਰ ਦੇ ਵਿੱਚ ਜੀ ਕਿਸਾਨ ਮੋਰਚੇ ਦਾ ਬੇੜਾਗਰ ਕਰਤਾ ਜੀ ਤੇ ਇਧਰੋਂ ਕਿਸਾਨ ਜਥੇਬੰਦੀਆਂ ਦੇ ਵਿੱਚ ਕਹਿੰਨੇ ਕਿ ਦਰਸ਼ਨਪਾਲ ਡਾਕਟਰ ਦਰਸ਼ਨਪਾਲੀ ਕਾਫੀ ਸੁਲਝੇ ਹੋ ਇਨਸਾਨ ਨੇ ਜੀ ਜਸਟ ਤਾਰੀ ਕਰੇ ਜੀ ਇਹ ਸਭ ਕਾਊਮਾਲਾ ਜੀ ਅਮਰ ਗੁਰਾਇਆ ਕਰ ਰਹੇ ਹੈਗੇ ਮਿੰਟੂ ਜੀ ਰੱਬ ਹੀ ਰੱਖਾ ਜੀ ਚਲੋ ਖੈਰ ਤੇ ਇਧਰੋਂ ਨਿਰਮਲ ਜੀ ਕਹਿ ਰਹੇ ਕਿ ਕਿਸਾਨ ਯੂਨੀਅਨ ਕਿਡਰ ਉਗਰਾਹਾਂ ਤੇ ਡੱਲੇਵਾਲ ਸਿੱਧੂ ਡੱਲੇਵਾਲ ਸਿੱਧੂਪੁਰ ਕੋਲ ਹੀ ਜ਼ਿਆਦਾ ਹੈ ਜੀ ਤੇ ਜੇ ਸਿੱਧੂ ਪਰ ਬਾਹਰ ਕਰਤਾ ਤਾਂ ਫਿਰ ਮੋਰਚਾ ਕਿਵੇਂ ਕਾਮਯਾਬ ਸਮਝਾਂਗੇ ਜੀ ਕਿਨਿਕ ਮੋਰਚਾ ਤਾਂ ਹੁਣ ਦੇਖੋ ਮੋਰਚਾ ਲੋਕਾਂ ਦੇ ਸਿਰ ਤੇ ਕਾਮਯਾਬ ਹੁੰਦਾ ਆ ਜੀ ਜਦੋਂ ਉੱਥੇ ਲੋਕ ਗਏ ਸਨ ਠੀਕ ਆ ਕੋਈ ਉਹਨਾਂ ਦਾ ਕਾਡਰ ਵੀ ਸੀਗਾ ਪਰ ਮੈਨੂੰ ਲੱਗਦਾ ਜੇ ਕਾਡਰ ਦੇਖੀਏ ਤਾਂ ਉਸ ਟਾਈਮ ਉਗਰਾਹਾਂ ਵਾਲਿਆਂ ਦਾ ਜ਼ਿਆਦਾ ਸੀਗਾ ਵੱਡਾ ਜੀ ਕਈ ਇਹੋ ਜਿਹੇ ਯੂਨੀਅਨਾਂ ਸੀ ਜਿਨ੍ਹਾਂ ਨੂੰ ਲੋਕ ਕਦੇ ਜਾਣਦੇ ਹੀ ਨਹੀਂ ਸੀ ਪਰ ਲੋਕ ਜਾਣ ਲੱਗੇ ਜਿਹੜਾ ਵੀ ਝੰਡਾ ਮਿਲਦਾ ਸੀ ਵੇਂਦਾ ਨਹੀਂ ਸੀਗਾ ਕੋਈ ਅਗਲਾ ਜਿਹੜਾ ਵੀ ਹੈਗਾ ਲਾ ਲੈਂਦਾ ਸੀਗਾ ਟਰੈਕਟਰ ਤੇ ਸਕੂਟਰ ਤੇ ਕਈ ਐਸੀਆਂ ਯੂਨੀਅਨਾਂ ਸੀ ਜਿਹੜੀਆਂ ਪਹਿਲੀ ਵਾਰੀ ਦੇਖੀਆਂ ਕਿ ਪੰਜਾਬ ਦੇ ਵਿੱਚ ਵਿਚਰਲ ਵੀ ਰਹੀਆਂ ਨੇ ਸੋ ਕੋਲਮਲਾ ਕੇ ਇਹ ਕਿਸੇ ਇੱਕ ਧਿਰ ਦਾ ਅੰਦੋਲਨ ਨਹੀਂ ਸੀਗਾ ਆ ਸੋਚੇ ਦੇਖਦੇ ਸੀ ਉਹਨੂੰ ਪਤਾ ਲੱਗਦਾ ਸੀ ਬਿਲਕੁਲ ਇਹ ਅੰਦੋਲਨ ਜਿਹੜਾ ਲੋਕਾਂ ਦਾ ਸੀਗਾ ਲੋਕ ਅੰਦੋਲਨ ਸੀਗਾ ਇਹ ਜੀ ਤਾਂ ਠੀਕ ਹੈ ਕੈਡਰ ਥੋੜਾ ਵੱਧ ਘੱਟ ਜਿਆਦਾ ਇਹ ਗਿਣਤੀਆਂ ਚ ਹੋ ਸਕਦਾ ਹੈ ਕਿਸੇ ਧਿਰ ਦੇ ਮਗਰ ਪਰ ਜੇ ਲੋਕ ਆਪ ਮੁਹਾਰੇ ਜਾਣ ਫਿਰ ਇਹ ਚੀਜ਼ਾਂ ਜਿਹੜੀਆਂ ਪਿੱਛੇ ਛੱਟ ਜਾਂਦੀਆਂ ਹਨ ਪਰੰਤੂ ਗੱਲ ਇਹ ਹੈ ਵੱਡਾ ਸਵਾਲ ਇਹ ਆ ਕਿ ਕੀ ਹੁਣ ਲੋਕ ਇਹੋ ਜੇ ਆਗੂਆਂ ਤੇ ਯਕੀਨ ਉਹਨਾਂ ਹੀ ਕਰਨਗੇ ਜਿਵੇਂ ਢੱਲੇਵਾਲ ਸਾਹਿਬ ਕਹਿੰਨ ਕਿ ਮੇਰੇ ਮਗਰ ਆਜੋ ਸਾਰਾ ਪੰਜਾਬ ਕੀ ਸਾਰਾ ਪੰਜਾਬ ਤੌਰਪਾ ਰਾਜੇਵਾਲ ਕਰ ਹੀ ਰਹੇ ਨੇ ਨਾ ਉਹੀ ਆ ਬਸ 5-7000 ਬੰਦੇ ਦੇ ਕਰੀਬ ਤੁਸੀਂ ਵੀ ਲਾ ਕੇ ਜੋਰ ਦੇਖ ਲਓ ਹੁਣ ਲਖੀਮਪੁਰ ਖੇਰੀ ਦੇ ਵਿੱਚ ਜਾਣਾ ਹੀ ਆ ਨਾ ਬਈ ਜਾ ਕੇ ਦੇਖੋ ਤਾਂ ਬੰਦੇ ਯੂਪੀ 'ਚ ਇਕੱਠ ਮਾਰਨਾ ਸੀ ਤਨੋਂ ਪਤਾ ਨੂੰ ਉੱਥੇ ਲਖੀਮਪੁਰ ਹੈੱਡਕੁਆਟਰ ਤੇ ਜੀ ਜੀ ਤੇ ਬੰਦਾ ਤਾਂ ਆਪਣੇ ਪੰਜਾਬ ਚੋਂ ਲੈ ਕੇ ਗਿਆ ਤੇ ਵੈਸਟਰਨ ਯੂਪੀ ਉਥੋਂ ਵੈਸਟਰਨ ਯੂਪੀ ਨੇੜੇ ਆ ਕਿ ਪੰਜਾਬ ਨੇੜੇ ਆ ਦੇਖ ਲਓ ਤੇ ਬੰਦੇ ਤੇ ਜ਼ਿਆਦੇ ਆਪਣੇ ਪੰਜਾਬੀ ਸਨ ਇਹਦਾ ਮਤਲਬ ਹੈ ਕਿ ਥੱਲੇ ਵੀ ਅਸਰ ਪੈ ਰਿਆ ਨਾ ਚੀਜ਼ਾਂ ਦਾ ਔਰ ਅੱਛਾ ਹੁਣ ਤੁਸੀਂ ਦੂਜੀਆਂ ਚੀਜ਼ਾਂ ਦੇਖੋ ਕਿ ਨਾਲ ਦੀ ਨਾਲ ਜਿੱਦਨ ਇਹਨਾਂ ਨੇ ਜੰਤਰ ਮੰਤਰ ਤੇ ਇਹ ਸਾਰਾ ਕੁਝ ਕੀਤਾ ਕਰਾਇਆ ਮਤਲਬ ਕਿ ਆਪਣੀ ਫੋਟੋ ਦਿਖਾਈ ਉਸ ਦਿਨ ਹੀ ਜਿਹੜੀ ਐਮਐਸਪੀ ਤੇ ਕਮੇਟੀ ਬਣੀ ਉਹ ਮੀਟਿੰਗ ਕਰ ਰਹੀ ਆ ਐਮਐਸਪੀ ਉਹਦੇ ਤੇ ਸੈਕੰਡਰੀ ਕਹਿ ਲੋ ਜਿਹੜਾ ਏਜੰਡਾ ਹੈ ਉੱਥੇ ਤਾਂ ਹੋਰ ਹੀ ਕੁਝ ਕਰੀ ਜਾਂਦੇ ਪਹਾੜਾਂ ਤੇ ਖੇਤੀ ਕਿੱਦਾਂ ਹੋਏਗੀ ਜਿੱਥੇ ਹੁੰਦੀ ਹੈ ਪਹਿਲਾਂ ਉਹਨੂੰ ਤਾਂ ਸਮਝ ਲੋ ਉਹੀ ਕਹਿ ਰਿਹਾ ਮੈਂ ਕਿ ਉਹਨਾਂ ਦਾ ਤਾਂ ਏਜੰਡਾ ਹੀ ਹੋ ਰਿਹਾ ਹੁਣ ਕੱਲ ਨੂੰ ਜਦੋਂ ਉਹਦੀ ਸਿਫਾਰਿਸ਼ ਦੀ ਰਿਪੋਰਟ ਆ ਜਾਏਗੀ ਤਾਂ ਫੇਰ ਫੇਰ ਤੁਸੀਂ ਰੌਲਾ ਪਾਉਣਾ ਪਰ ਕੀ ਇਹ ਕੱਟ ਸਾਰਾ ਇਦਾਂ ਦਾ ਇਦਾਂ ਲੈ ਜਾਓਗੇ ਆ ਬਿਜਲੀ ਸੋਤ ਬਿੱਲ ਤੁਸੀਂ ਕਹਿੰਦੇ ਲਾਗੂ ਨਹੀਂ ਹੋਣ ਦੇਣਾ ਅਗਲੇ ਨੇ ਆ ਪੰਜਾਬ 'ਚ ਹੀ ਲਾਗੂ ਅੱਧਾ ਕਰਾਤਾ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਇੱਕ ਵੀ ਕਿਸਾਨ ਆਗੂ ਦਾ ਮੈਨੂੰ ਕਿਸੇ ਦਾ ਬਿਆਨ ਦਿਖਾ ਦਿਓ 스마트 મીਟਰ ਲੱਗਣੇ ਸਟਾਰਟ ਹੋ ਗਏ ਨੋਟੀਫਿਕੇਸ਼ਨ ਵੀ ਹੋ ਗਏ ਇਹ ਕਹਿੰਦੇ ਸੀ ਅਸੀਂ ਇਹ ਲਾਗੂ ਨਹੀਂ ਹੋਣ ਦੇਣਾ ਬਿਜਲੀ ਸੋਦ ਬਿੱਲ ਇੱਕ ਵੀ ਕਿਸਾਨ ਆਗੂ ਦਾ ਬਿਆਨ ਦੱਸ ਦਿਓ ਕਿ ਜਿਨ੍ਹਾਂ ਨੇ ਇਹਨਾਂ ਦੀ ਕੈਬਨਟ ਦੀ ਅਪਰੂਵਲ ਦੀ ਅਲੋਚਨਾ ਕੀਤੀ ਹੋਵੇ ਜ ਜਿਹਨੂੰ ਪਤਾ ਹੋਵੇ ਹੋਵੇ ਤੁਸੀਂ ਕਿਸਾਨ ਆਗੂ ਤੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਾ ਹੋਵੇ ਯਾਰ ਕਮਾਲ ਦੀ ਗੱਲ ਹੈ